ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ। ਸੀ ਵਰਕਰਾਂ ਦੇ ਸਿਰਫ ਇਹਨਾਂ ਨੂੰ ਜਗਰਾਤੇ ਦੇ ਭੋਗਾਂ ਤੇ ਜਾਣ ਤੋਂ ਸਿਵਾ ਇਹਨਾਂ ਨੂੰ ਕੋਈ ਸੁਝਰਾ ਨਹੀਂ। ਅਰੇ ਕੰਮ ਕਿਤੇ ਹੁੰਦੇ ਵੋਟ ਲਾਉਣ ਦੀ ਜ਼ਰੂਰਤ ਨਾ ਪੈਂਦੀ ਅੱਜ ਇਹਨਾਂ ਨੂੰ। ਹੱਥ ਵਿੱਚ ਕਾਲੀਆਂ ਪੱਟੀਆਂ ਫੜ ਰਵਨੀਤ ਸਿੰਘ ਬਿੱਟੂ ਦਾ ਪ੍ਰਦਰਸ਼ਨ ਕਰ ਰਹੇ ਇਹ ਲੋਕ ਦਰਅਸਲ ਰਵਨੀਤ ਸਿੰਘ ਬਿੱਟੂ ਦੇ ਆਪਣੇ ਹੀ ਵਰਕਰ ਨੇ, ਜੋ ਕਿ ਬਿੱਟੂ ਨੂੰ ਮੁੜ ਲੋਕ ਸਭਾ ਸੀਟ ਮਿਲਣ ਤੇ ਰੋਸ ਜ਼ਾਹਰ ਕਰ ਰਹੇ ਨੇ। ਦਰਅਸਲ ਇਹ ਤਸਵੀਰਾਂ ਲੁਧਿਆਣਾ ਦੇ ਘੰਟਾ ਘਰ ਦੀਆਂ ਨੇ, ਜਿੱਥੇ ਰੋਡ ਸ਼ੋਅ ਦੌਰਾਨ ਉਹਨਾਂ ਦੇ ਆਪਣੇ ਹੀ ਵਰਕਰ ਖੁਦ ਬਿੱਟੂ ਖਿਲਾਫ ਨਾਅਰੇਬਾਜ਼ੀ ਕਰ ਪ੍ਰਦਰਸ਼ਨ ਕਰਦੇ ਨਜ਼ਰ ਆਏ। ਉੱਥੇ ਹੀ ਪ੍ਰਦਰਸ਼ਨ ਕਰ ਰਹੇ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਨੇ ਰਵਨੀਤ ਬਿੱਟੂ ਦਾ ਸਾਥ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਤੇ ਪਰਚੇ ਕੀਤੇ ਗਏ, ਪਰ ਉਹ ਹਾਲੇ ਵੀ ਤਰੀਕਾ ਭੁਗਤ ਰਹੇ ਨੇ। ਪਰ ਬਿੱਟੂ ਵੱਲੋਂ ਉਹਨਾਂ ਦੀ ਕੋਈ ਖੈਰ ਖਬਰ ਨਹੀਂ ਲਈ ਗਈ। ਜਦੋਂ ਆਨੰਦਪੁਰ ਸਾਹਿਬ ਤੋਂ MP ਸੀ ਤੇ ਜਦੋਂ ਯੂਥ ਦੇ ਪ੍ਰਧਾਨ ਸੀ ਅਸੀਂ, ਉਦੋਂ ਵੀ ਇਹਨਾਂ ਦੇ ਨਾਲ ਸਾਥ ਦਿੱਤਾ, ਮੋਢੇ ਨਾਲ ਮੋਢਾ ਲਾ ਕੇ ਚੱਲੇ। ਜਦੋਂ ਇਹਨਾਂ ਨੇ ਉੱਤੇ ਰਿਕੁਐਸਟ ਕੀਤਾ ਨਸ਼ਾ ਛੁਡਾਓ ਰੈਲੀ ਦਾ, ਅਸੀਂ ਨਾਲ ਸੀ। ਮੈਂ ਮਾਈਨਸ ਸੀ, ਉਦੋਂ ਨਾਬਾਲਗ ਸੀ, ਪਰ ਸਾਡੇ ਪਰਚੇ ਹੋਏ। ਬਿੱਟੂ ਜੀ ਨੇ ਸਾਡੀ ਕੋਈ ਸਾਥ ਨਹੀਂ ਲਿੱਤੀ। ਉਸ ਤੋਂ ਬਾਅਦ ਵੀ ਅਸੀਂ ਫਿਰ ਵੀ ਇਹਨਾਂ ਦੇ ਪਿੱਛੇ ਗਏ। ਜਦੋਂ ਪਿਛਲੀ ਵਾਰ ਲੁਧਿਆਣੇ ਤੋਂ MP ਖੜ੍ਹੇ ਸੀ, ਅਸੀਂ ਸੋਨੀਆ ਗਾਂਧੀ ਜੀ ਨੂੰ ਵੀ ਰਿਕੁਐਸਟ ਕੀਤੀ ਸੀ, ਉਹ ਮੇਰੇ ਕੋਲ ਸਾਰੇ ਪੇਪਰ ਪਏ ਨੇ ਕਿ ਬਿੱਟੂ ਜੀ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ, ਪਰ ਬਿੱਟੂ ਜੀ ਨੇ ਸਾਨੂੰ ਪਿਛਲੀ ਵਾਰ ਵਿਸ਼ਵਾਸ ਦਿਲਾਇਆ ਸੀ ਕਿ ਅਸੀਂ ਤੁਹਾਡਾ ਨਾਲ ਚੱਲਾਂਗੇ। ਇਹਨਾਂ ਦਾ ਵੀ ਬਾਈ ਨੇਮ ਹੈ, ਸਾਡਾ ਵੀ ਬਾਈ ਨੇਮ ਪਰਚਾ ਹੋਇਆ ਸੀ, ਪਰ ਬਿੱਟੂ ਜੀ ਕਦੀ ਵੀ ਉੱਥੇ ਨਹੀਂ ਪਹੁੰਚੇ ਅੱਜ ਤੱਕ, ਅਤੇ ਅਸੀਂ ਸਾਨੂੰ ਉਹ ਤਰੀਕਾ ਦੇ ਪੈਣ ਦੇ ਅੱਜ ਵੀ ਜਾਣਾ ਪੈ ਰਿਹਾ। ਸਾਡਾ ਕਾਂਗਰਸੀ ਵਰਕਰ ਕੋਈ ਧਿਆਨ ਨਹੀਂ ਦੇ ਰਿਹਾ, ਸਭ ਲੋਕਾਂ ਸੁੱਕ ਹੋ ਰਹੀ ਹੈ। ਲੁਧਿਆਣੇ ਸ਼ਹਿਰ 'ਚ ਕੋਈ ਕਾਂਗਰਸੀ ਵਰਕਰ ਦਾ ਧਿਆਨ ਨਹੀਂ ਹੋ ਰਿਹਾ ਸਾਡੇ ਵੱਲ। ਸੀ ਵਰਕਰਾਂ ਦੇ ਸਿਰਫ ਇਹਨਾਂ ਨੂੰ ਜਗਰਾਤੇ ਦੇ ਭੋਗਾਂ ਤੇ ਜਾਣ ਤੋਂ ਸਿਵਾ ਇਹਨਾਂ ਨੂੰ ਕੋਈ ਸੁਝਰਾ ਨਹੀਂ, ਕੋਈ ਕੰਮ ਨਹੀਂ। ਜੋ ਕੰਮ ਇਹਨਾਂ ਨੇ ਵੋਟ ਲਾਏ ਨੇ, ਅਰੇ ਕੰਮ ਕਿਤੇ ਹੁੰਦੇ ਵੋਟ ਲਾਉਣ ਦੀ ਜ਼ਰੂਰਤ ਨਾ ਪੈਂਦੀ ਅੱਜ ਇਹਨਾਂ ਨੂੰ। ਦੱਸ ਦੇ ਕਿ ਇਸ ਰੋਡ ਸ਼ੋਅ ਦੌਰਾਨ ਬਿੱਟੂ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ। ਲੁਧਿਆਣਾ ਤੋਂ ਅਨੁਪਮ ਹਿੰਦਰੂ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।